ਭਗਵਾਨ ਵਾਲਮੀਕ ਜੀ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਜਲੰਧਰ ਵਿੱਚ 23 ਅਕਤੂਬਰ ਨੂੰ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਇਸ ਸ਼ੋਭਾ ਯਾਤਰਾ ਨੂੰ ਵਧੀਆ ਤਰੀਕੇ ਨਾਲ ਕਰਵਾਉਣ ਦੇ ਲਈ ਸ਼ੋਭਾ ਯਾਤਰਾ ਦੌਰਾਨ ਕਿਸੇ ਤਰ੍ਹਾਂ ਦਾ ਕੋਈ ਵੀ ਵਿਘਨ ਨਾ ਪਵੇ, ਇਸ ਨੂੰ ਲੈ ਕੇ ਜਲੰਧਰ ਦੇ ਸੰਗਰਾ ਮੁਹੱਲੇ ਦੇ ਸਥਿਤ ਵਾਲਮੀਕ ਮੰਦਿਰ ਵਿੱਚ ਭਗਵਾਨ ਵਾਲਮੀਕ ਉਤਸਵ ਕਮੇਟੀ ਦੁਆਰਾ ਹਵਨ ਜਾਗ ਅਤੇ ਸਤਸੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ, ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਮੰਨਣ ਸਹਿਤ ਕਈ ਨੇਤਾ ਪੁੱਜੇ। ਜੈ ਵਾਲਮੀਕੀ, ਹਰ ਹਰ ਵਾਲਮੀਕੀ। ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕੀ ਮਹਾਰਾਜ, ਕਰੁਣਾ ਸਾਗਰ, ਲਵ ਕੁਸ਼ ਦੇ ਪਾਲਣਹਾਰ, ਜਿਨ੍ਹਾਂ ਨੇ ਕਰੋੜ ਸੌ ਸਾਲ ਪਹਿਲੇ ਰਮਾਇਣ ਲਿਖ ਦਿੱਤੀ ਸੀ, ਉਹਨਾਂ ਦਾ ਪ੍ਰਗਟ ਉਤਸਵ ਦੇਸ਼ਾਂ ਵਿਦੇਸ਼ਾਂ 'ਚ ਮਨਾਇਆ ਜਾ ਰਿਹਾ। ਭਗਵਾਨ ਵਾਲਮੀਕੀ ਮੰਦਿਰ ਸੰਗਰਾ ਮਹੱਲੇ ਤੋਂ ਜਿਹੜੀ 23 ਤਰੀਕ ਨੂੰ ਸ਼ੋਭਾ ਯਾਤਰਾ ਆਰੰਭ ਹੋਣੀ ਆ, ਉਹਦੇ ਉਪਲਕਸ਼ ਦੇ ਵਿੱਚ ਅੱਜ ਭਗਵਾਨ ਵਾਲਮੀਕੀ ਮੰਦਿਰ ਸੰਗਰਾ ਮਹੱਲੇ ਜਿਹੜਾ ਅੱਜ ਸਤਸੰਗ ਕਰਾਇਆ ਗਿਆ। ਅੱਜ ਉਹਦੇ ਮੁੱਖ ਮਹਿਮਾਨ ਸਰਦਾਰ ਗੁਲਜਾਰ ਸਿੰਘ ਰਾਣੀਕੇ ਸਾਹਿਬ, ਉਹਨਾਂ ਦੇ ਨਾਲ ਮੇਰੇ ਵੱਡੇ ਵੀਰ ਜਥੇਦਾਰ ਕੁਲਵੰਤ ਸਿੰਘ ਜੀ ਮੰਨਣ ਸਾਹਿਬ, ਉਹਨਾਂ ਦੇ ਨਾਲ ਹੋਰ ਵੀ ਸਾਥੀ ਆਏ ਨੇ, ਅਤੇ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਭਗਵਾਨ ਵਾਲਮੀਕ ਉਤਸਵ ਕਮੇਟੀ ਵੱਲੋਂ, ਭਗਵਾਨ ਵਾਲਮੀਕ ਉਤਸਵ ਕਮੇਟੀ ਦੇ ਪ੍ਰਧਾਨ ਵਿਪਨ ਸੱਭਰਵਾਲ ਜੀ, ਮਹਾਂਮੰਤਰੀ ਜਤਿੰਦਰ ਨਿੱਕਾ ਜੀ, ਯੂਥ ਪ੍ਰਧਾਨ ਚੇਤਨ ਹੰਡਾ ਜੀ, ਸੀਨੀਅਰ ਯੂਥ ਪ੍ਰਧਾਨ ਆਪਣੇ ਸ਼ੋਕ ਨਾਹਰ ਜੀ, ਹੋਰ ਵੀ ਜਿੰਨੇ ਵੀ ਲੋਕ ਅੱਜ ਸਾਰੇ ਜਥੇਬੰਦੀਆਂ ਆਈਆਂ ਨੇ, ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਔਰ ਕੱਲ੍ਹ ਨੂੰ ਭਗਵਾਨ ਵਾਲਮੀਕੀ ਮੰਦਿਰ ਸੰਗਰਾ ਮਹੱਲੇ ਤੋਂ ਜਿਹੜੀ ਵਿਸ਼ਾਲ ਸ਼ੋਭਾ ਯਾਤਰਾ ਨਿਕਲ ਜਾ ਰਹੀ ਆ, ਉਹਦੇ ਵਿੱਚ ਸਮੁੱਚਾ ਸਾਰੇ ਸਮਾਜ ਆ ਰਹੇ ਨੇ, ਸੰਤ ਸਮਾਜ ਦੀ ਜਿਹੜੀ ਗੁਆਹੀ ਹੇਠ ਇਹ ਸ਼ੋਭਾ ਯਾਤਰਾ ਨਿਕਲ ਜਾ ਰਹੀ ਹੈ, ਅਤੇ ਮੈਂ ਜਿੱਥੇ ਉਹਨਾਂ ਦਾ ਧੰਨਵਾਦ ਕਰਦਾ, ਉੱਥੇ ਸਾਰੀਆਂ ਜਿੰਨੀਆਂ ਵੀ ਵਾਲਮੀਕ ਔਰ ਪਿੰਡਾਂ ਦੀਆਂ ਵਾਲਮੀਕ ਸਭਾਵਾਂ ਇੱਕਜੁੱਟ ਹੋ ਕੇ ਇਹ ਸਾਰੀਆਂ ਸੰਗਲਾਂ ਮਲਿਆਣੀਆਂ। ਔਰ ਮੈਂ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕ ਮਹਾਰਾਜ ਇਹੀ ਦੁਆ ਕਰਦਾ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਮਿਲੇ। ਅੱਜ ਜਿਹੜਾ ਕਿ ਸਤਸੰਗ ਕਰਾਇਆ ਗਿਆ, ਇਸੇ ਕਰਕੇ ਕਿ ਕਿਸੇ ਤਰ੍ਹਾਂ ਦੀ ਕੋਈ ਸ਼ੋਭਾ ਯਾਤਰਾ 'ਚ ਕੋਈ ਵਿਘਨ ਨਾ ਪਵੇ, ਇਹਨਾਂ ਸ਼ਬਦਾਂ ਨਾਲ ਮੈਂ ਫਿਰ ਦੁਬਾਰਾ ਸਰਦਾਰ ਗੁਲਜਾਰ ਸਿੰਘ ਰਾਣੀਕੇ ਸਾਹਿਬ ਦਾ ਧੰਨਵਾਦ ਕਰਦਾ। ਜਿੱਥੇ ਉਹਨਾਂ ਦਾ ਧੰਨਵਾਦ ਕਰਦਾ, ਉੱਥੇ ਪੰਜਾਬ ਦੇ ਮੁੱਖ ਮੰਤਰੀ ਸਾਬਕਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ, ਪੰਜਾਬ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ, ਜਿਨ੍ਹਾਂ ਨੇ 300 ਕਰੋੜ ਰੁਪਈਆ ਲਾ ਕੇ ਵਾਲਮੀਕ ਆਸ਼ਰਮ ਦੀ ਉਸਾਰੀ ਕੀਤੀ ਹੈ। ਔਰ ਮੈਂ ਜਿੰਨੇ ਵੀ ਮੇਰੇ ਆਵਾਜ਼ ਨੂੰ ਸੁਣਦੇ ਹੋਣ ਦੇਸ਼ਾਂ ਵਿਦੇਸ਼ਾਂ 'ਚ, ਪੰਜਾਬ 'ਚ, ਜਲੰਧਰ ਦੀ ਪਵਿੱਤਰ ਧਰਤੀ 'ਤੇ, ਕਿ ਮੈਂ ਅੱਜ ਦੇ ਦਿਨ 'ਤੇ ਭਗਵਾਨ ਵਾਲਮੀਕੀ ਮਹਾਰਾਜ ਅੱਗੇ ਇਹੀ ਦੁਆ ਕਰਦਾ ਕਿ ਉਹਨਾਂ ਦੀ ਤੰਦਰੁਸਤੀ ਵਾਸਤੇ, ਕਿ ਉਹਨਾਂ ਦੀ ਤੰਦਰੁਸਤੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਮਿਲੇ, ਤਾਂ ਕਿ ਜਿਹੜਾ ਵਾਲਮੀਕ ਆਸ਼ਰਮ ਦਾ ਜਿਹੜਾ ਕੰਮ ਰੁਕਿਆ ਉਹ ਦੁਬਾਰਾ ਤੋਂ ਚਾਲੂ ਕਰਾ ਸਕਣ। ਮੈਂ ਭਗਵਾਨ ਵਾਲਮੀਕ ਉਤਸਵ ਕਮੇਟੀ ਦੇ ਸਾਰੇ ਕਾਰਜਕਰਤਾ ਵੱਲੋਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਅੱਜ ਬਹੁਤ ਹੀ ਪਵਿੱਤਰ ਦਿਨ ਹੈ, ਮੈਂ ਵਧਾਈ ਦਿੰਦਾ ਸੰਧੀ ਸਾਹਿਬ ਨੂੰ, ਉਹਨਾਂ ਦੇ ਸਾਰੇ ਸਾਥੀਆਂ ਨੂੰ, ਸਮੁੱਚੇ ਸਮਾਜ ਨੂੰ, ਕਿ ਅੱਜ ਜਿਹੜਾ ਪ੍ਰਗਟ ਦਿਵਸ ਦੇ ਸੰਬੰਧ ਵਿੱਚ ਭਗਵਾਨ ਵਾਲਮੀਕ ਮਹਾਰਾਜ ਦੇ ਸਤਸੰਗ ਵਗੈਰਾ ਕਰਾ ਰਹੇ ਨੇ, ਔਰ ਸੰਗਰਾ ਮਹੱਲੇ ਦੇ ਵਿੱਚ ਜਲੰਧਰ ਦੇ ਵਿੱਚ ਸਾਰੀ ਸੰਗਤ ਨੂੰ, ਸਮੁੱਚੇ ਸਮਾਜ ਨੂੰ ਲੱਖ ਲੱਖ ਵਧਾਈ ਦਿੰਦਾ ਭਗਵਾਨ ਵਾਲਮੀਕ ਮਹਾਰਾਜ ਦੇ ਦੇਸ਼ ਵਾਸਤੇ, ਸਮਾਜ ਵਾਸਤੇ, ਕੌਮ ਵਾਸਤੇ, ਮਨੁੱਖਤਾ ਵਾਸਤੇ ਬਹੁਤ ਵੱਡੀਆਂ ਉਹਨਾਂ ਯੁੱਗਾਂ ਦੇ ਵਿੱਚ ਘਟਨਾ ਕਰੀਆਂ। ਔਰ ਜਦੋਂ ਕਿ ਸਾਰੀ ਮਨੁੱਖਤਾ ਉਸ ਵੇਲੇ ਨਿਬੜ ਗਈ, ਉਸ ਵੇਲੇ ਭਗਵਾਨ ਵਾਲਮੀਕ ਮਹਾਰਾਜ ਨੇ ਜੰਗਲਾਂ ਦੇ ਵਿੱਚ ਜਾ ਕੇ, ਪਿੰਡਾਂ ਦੇ ਵਿੱਚ ਜਾ ਕੇ, ਕਸਬਿਆਂ 'ਚ ਜਾ ਕੇ ਜਿਹੜੀ ਵਿੱਦਿਆ ਦਾਨ ਦਿੱਤੀ, ਜਿਹੜਾ ਵਿੱਦਿਆ ਦਾ ਲੋਕਾਂ ਨੂੰ ਪ੍ਰਸ਼ਾਦ ਦਿੱਤਾ, ਬੱਚਿਆਂ ਦੇ ਪੜ੍ਹਾ ਕੇ, ਮੈਂ ਸਮਝਦਾ ਕਿ ਉਸ ਵੇਲੇ ਦੀ ਪੜ੍ਹਾਈ ਜਿਹੜੀ ਭਗਵਾਨ ਵਾਲਮੀਕ ਨੇ ਸ਼ੁਰੂ ਕੀਤੀ, ਆਦਿ ਕਰੀ, ਤਾਂ ਹੀ ਕਿਹਾ ਜਾਂਦਾ ਕਿ ਉਸ ਵੇਲੇ ਉਹਨਾਂ ਨੇ ਬਹੁਤ ਗਿਆਨ ਵੀ ਵੰਡਿਆ, ਸ਼ਾਸਤਰ ਵੰਡਿਆ ਹੁੰਦੀ, ਅਤੇ ਉਹਨਾਂ ਦਾ ਮੈਂ ਵਧਾਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ, ਜਿਹੜੇ ਸਾਬਕਾ ਮੁੱਖ ਮੰਤਰੀ ਨੇ, ਉਹਨਾਂ ਨੂੰ ਅੱਜ ਦੇ ਦਿਨ 'ਤੇ ਦਿੰਦਾ ਸਮੁੱਚੇ ਸਮਾਜ ਵੱਲੋਂ, ਕਿ ਜਿਨ੍ਹਾਂ ਨੇ ਜਿਹੜਾ ਸਾਡਾ ਸਥਾਨ ਸੀ, ਜਿੱਥੇ ਪਵਿੱਤਰ ਸਥਾਨ, ਜਿੱਥੇ ਸਾਰੀਆਂ ਜੋ ਮਨੁੱਖਤਾ ਮੰਗਦੇ ਸੀ ਉਹ ਪੂਰੀਆਂ ਹੁੰਦੀਆਂ, ਭਗਵਾਨ ਵਾਲਮੀਕ ਦੇ ਸਭ ਸਥਾਨ 'ਤੇ ਜਿੱਥੇ ਬੰਦਗੀ ਉਹਨਾਂ ਨੇ ਕੀਤੀ, ਭਗਵਾਨ ਵਾਲਮੀਕ ਤੇ ਅੰਮ੍ਰਿਤਸਰ ਵਿਖੇ, ਅਤੇ ਉਹਦਾ ਪ੍ਰੋਜੈਕਟ ਸਾਰਾ ਤਿਆਰ ਕਰਕੇ ਤਕਰੀਬਨ 300 ਕਰੋੜ ਦੇ ਲਗਭਗ ਰੁਪਇਆ ਪਿੱਛੇ, ਬਹੁਤ ਵੱਡਾ ਇੱਕ ਅਜੂਬਾ ਸਮੁੱਚੇ ਸਮਾਜ ਨੂੰ ਭਗਵਾਨ ਵਾਲਮੀਕ ਜੀ ਨੇ ਸਾਰਿਆਂ ਨੂੰ ਦਿੱਤਾ। ਉੱਥੇ ਮੈਂ ਸਮਝਦਾ ਕਿ ਬਹੁਤ ਵੱਡੇ ਨੇ ਅਸੀਂ ਜਿਹੜੇ, ਅੱਜ ਸਾਰਿਆਂ ਨੂੰ ਮੈਂ ਅੱਜ ਦੇ ਯੁੱਗ ਦੇ ਜਿੱਥੇ ਵਧਾਈ ਦਿੰਦਾ, ਉੱਥੇ ਅਪੀਲ ਵੀ ਕਰਦਾ ਕਿ ਸਾਨੂੰ ਸਾਰਿਆਂ ਨੂੰ ਪ੍ਰਗਟ ਦੇ ਵੱਖ ਵੱਖ ਜ਼ਿਲ੍ਹਿਆਂ 'ਚੋਂ, ਸਾਰੀਆਂ ਸਟੇਟਾਂ ਦੇ ਵਿੱਚੋਂ, ਪੰਜਾਬ ਦੇ ਵਿੱਚੋਂ ਵੀ, ਸਾਰਿਆਂ ਨੂੰ ਜਿਹੜਾ ਸਟਾਫ ਦੇ ਰੂਪ ਦੇ ਵਿੱਚ, ਬੱਚਿਆਂ ਨੂੰ,
ਉਹ ਸਥਾਨ 'ਤੇ ਜਾਣਾ ਚਾਹੀਦਾ, ਉੱਥੇ ਦਰਸ਼ਨ ਕਰਕੇ, ਉੱਥੇ ਇਸ਼ਨਾਨ ਕਰਕੇ, ਮਹਾਰਾਜ ਦੇ ਪਵਿੱਤਰ ਸਰੋਵਰ ਬਹੁਤ ਵੱਡਾ ਉੱਥੇ ਜਮਨ ਜਿਹੜਾ ਜਨਮ ਹੈ ਸਭ ਕੁਛ ਔਰ ਜਿਹੜੀ ਜਿੰਨੀ ਸ਼ਰਧਾ ਭਾਵਨਾ ਦੇ ਨਾਲ ਸਾਰੇ ਦੇਸ਼ ਦੇ ਵਿੱਚ ਕੀ ਜਿੱਥੇ ਜਿੱਥੇ ਵੀ ਬਾਹਰ ਵਿਦੇਸ਼ਾਂ 'ਚ ਵੀ ਇੰਨਾ ਰਵੀਰ ਬਾਦ ਵਿੱਚ ਸਮਾਜ ਸਾਰਾ ਬੈਠਾ, ਉੱਥੇ ਵੀ ਬੜੀ ਸ਼ਰਧਾ ਬੜੇ ਪਿਆਰ ਨਾਲ ਹੋਰ ਵੀ ਸਾਰੇ ਲੋਕ ਜਿਹੜੇ ਬੈਠੇ ਕਿਉਂਕਿ ਭਗਵਾਨ ਬਾਦ ਵਿੱਚ ਸਾਂਝੀ ਮਨੁੱਖਤਾ ਦਾ ਪ੍ਰਮਾਣ ਹੋਏ ਨੇ।